ਲੋਕ ਸਭਾ ਇਲੈਕਸ਼ਨ ਆ ਚੁੱਕੀਆਂ ਨੇ, ਸਾਰੀਆਂ ਹੀ ਪਾਰਟੀਆਂ ਤੱਤੀਆਂ ਹੋਈਆਂ ਹੋਈਆਂ ਨੇ ਇਲੈਕਸ਼ਨ ਨੂੰ ਲੈ ਕੇ ਪ੍ਰਚਾਰ ਦੇ ਵਿੱਚ। ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਬਾਦਲ ਜਿਹੜਾ ਉਹ ਵੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਵੀ ਹੈ, ਕਾਂਗਰਸ ਵੀ, ਆਮ ਆਦਮੀ ਪਾਰਟੀ ਵੀ ਆ, ਮਾਨ ਸਾਹਿਬ ਵੀ ਪਿੰਡਾਂ ਦੇ ਵਿੱਚ ਫਿਰ ਰਹੇ ਨੇ ਇਲੈਕਸ਼ਨ ਲੈ ਕੇ। ਪਰ ਮਾਨ ਸਾਹਿਬ ਆਮ ਆਦਮੀ ਪਾਰਟੀ ਦੇ ਕਈ ਲੀਡਰ ਲਗਾਤਾਰ ਅਸਤੀਫੇ ਦੇ ਰਹੇ ਨੇ, ਫੂਲਕਾ ਸਾਹਿਬ ਵੀ ਅਸਤੀਫਾ ਦੇ ਗਏ। ਨਹੀਂ, ਉਹਨਾਂ ਨੇ ਤਾਂ ਪਹਿਲਾਂ ਹੀ ਇਸ ਕਰਤਾ ਸੀਗਾ ਕਲੀਅਰ ਕਿ ਅਸੀਂ ਜਿਹੜੇ ਉਹਨਾਂ ਦਾ ਜਿਹੜਾ 84 ਵਾਲੇ ਜਿਹੜੇ ਕੇਸ ਚੱਲ ਰਹੇ ਨੇ ਉਹਨਾਂ ਕਰਕੇ ਟਾਈਮ ਨਹੀਂ ਦੇ ਪਾਉਣਗੇ, ਇਸ ਕਰਕੇ ਉਹਨਾਂ ਨੇ ਪਹਿਲਾਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਅਹੁਦੇ ਤੋਂ ਵੀ ਅਸਤੀਫਾ ਦਿੱਤਾ ਸੀ। ਸੋ ਇਹਨਾਂ ਦਾ ਨਿੱਜੀ ਫੈਸਲਾ ਉਹਨਾਂ ਦਾ। ਸਰ, ਤੁਹਾਡੇ ਵਿਰੋਧੀ ਤੁਹਾਡੇ 'ਤੇ ਇਲਜ਼ਾਮ ਲਾਉਂਦੇ ਨੇ ਕਿ ਸਿਰਫ ਉੱਥੇ ਪੋਈਮਾਂ ਸੁਣਾ ਕੇ ਆ ਜਾਂਦੇ ਨੇਗੇ, ਤੁਸੀਂ ਕੋਈ ਕਿਹੜੇ ਕਿਹੜੇ ਪ੍ਰੋਜੈਕਟ ਨੇ ਜਿਹੜੇ ਲੋਕ ਸਭਾ ਸੰਗਰੂਰ ਵਾਸਤੇ ਲੈ ਕੇ? ਗੱਲ ਤਾਂ ਮੈਨੂੰ ਕਿਸੇ ਦੀ NOC ਦੀ ਲੋੜ ਨਹੀਂ ਹੈਗੀ। ਪਾਰਲੀਮੈਂਟ ਦੇ ਵਿੱਚ ਸਭ ਤੋਂ ਵੱਧ ਬੋਲਣ ਵਾਲੇ ਬੁਲਾਰੇ, ਸਭ ਤੋਂ ਵੱਧ ਲੋਕਾਂ ਦੇ ਮੁੱਦੇ ਉਠਾਉਣ ਵਾਲੇ ਦੇ ਲਿਸਟ ਦੇ ਵਿੱਚ ਮੇਰਾ ਨਾਮ ਆਉਂਦਾ, ਉਹ ਕੋਈ ਪੋਈਮਾਂ ਜਾਂ ਚੁਟਕਲਿਆਂ ਨਾਲ ਨਹੀਂ ਆਉਂਦਾ, ਠੀਕ ਹੈ ਨਾ। ਇਸ ਤੋਂ ਪਹਿਲਾਂ ਵਾਲੇ ਕੋਈ ਬੋਲਿਆ ਵੀ ਨਹੀਂ ਕਿ ਚਾਰ ਜਿਹੜੇ ਸਾਡੇ ਦੋ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਸ਼ਰਧਾਂਜਲੀ ਸੰਸਦ ਦੇ ਵਿੱਚ ਦਵਾਉਣਾ, ਇਹਨਾਂ ਨੂੰ ਚੁਟਕਲਾ ਲੱਗਦਾ ਹੋਊ ਤਾਂ ਉਹਨਾਂ ਲਈ ਚੁਟਕਲਾ ਹੋਊਗਾ, ਉਹ ਸਾਡੇ ਲਈ ਨਹੀਂ। ਭਗਤ ਸਿੰਘ, ਰਾਜਗੁਰੂ, ਸੁਖਦੇਵ ਹੋਰਾਂ ਨੂੰ ਪਹਿਲੀ ਵਾਰ ਸੰਸਦ 'ਚੋਂ ਸ਼ਰਧਾਂਜਲੀ ਦਵਾਉਣੀ, ਉਹਨਾਂ ਲਈ ਸ਼ਾਇਦ ਚੁਟਕਲਾ ਹੋਵੇ। ਕੈਂਸਰ ਵਾਲਿਆਂ ਦੀਆਂ ਪੀੜਤਾਂ ਦੀਆਂ ਗੱਲ ਕਰਨੀ, ਜਾਂ ਬੇਰੁਜ਼ਗਾਰਾਂ ਦੀ ਗੱਲ ਕਰਨੀ, ਕਿਸਾਨਾਂ ਦੀਆਂ ਆਤਮਹੱਤਿਆਵਾਂ ਦੀ ਗੱਲ ਕਰਨੀ, ਨਰੇਗਾ ਮਨਰੇਗਾ ਦੀ ਦਿਹਾੜੀਆਂ ਦੀ ਗੱਲ ਕਰਨੀ, ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਸਕੋਲਰਸ਼ਿਪ ਦਲਿਤਾਂ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਦੀ ਗੱਲ ਕਰਨੀ, ਉਹਨਾਂ ਨੂੰ ਚੁਟਕਲਾ ਲੱਗਦਾ ਹੋਊਗਾ ਮੇਰੇ ਲਈ ਨਹੀਂ, ਠੀਕ ਹੈ ਨਾ ਜੀ। ਸੋ ਇਹ ਪਬਲਿਕ ਜਿਹੜੀ ਹੈ ਉਹ ਜੱਜ ਹੈ, ਇਹ ਆਪ ਹੀ ਜੱਜ ਕਰਨਗੇ ਕਿ ਅਸੀਂ ਜਿਹੜਾ ਬੰਦਾ ਭੇਜਿਆ ਸੀ ਉਹ ਸਾਡੀ ਉਮੀਦ 'ਤੇ ਖਰਾ ਉਤਰਿਆ ਜਾਂ ਨਾ। ਪ੍ਰੋਜੈਕਟ ਕਿਹੜੇ ਕਿਹੜੇ ਲੈ ਕੇ ਆਏ ਤੁਸੀਂ ਜੀ ਇੱਥੇ? ਇੱਥੇ ਜਿੰਨਾ ਸਾਡੇ ਕੋਲ ਫੰਡ ਆਉਂਦਾ, ਇੱਕ ਰੁਪਈਏ ਦਾ ਹਿਸਾਬ ਦੇਵਾਂਗੇ ਜੀ। ਕੋਈ ਵੀ ਪਿੰਡ ਇਹੋ ਜਿਹਾ ਨਹੀਂ ਰਹੂਗਾ ਜਦੋਂ ਤੱਕ ਮੇਰੀ ਟਰਮ ਖਤਮ ਹੋਊਗੀ, ਕਿ ਜਿੱਥੇ ਕੋਈ ਪਹੁੰਚਿਆ ਨਾ ਹੋਵੇ ਕੋਈ ਪੈਸਾ MP ਫੰਡ ਦਾ। ਲਾਇਬ੍ਰੇਰੀਆਂ ਬਣਾਈਆਂ ਨੇ ਪਿੰਡਾਂ ਦੇ ਵਿੱਚ, RO ਲਾਏ ਨੇ, ਸਕੂਲਾਂ ਦੀਆਂ ਬਿਲਡਿੰਗਾਂ। MP ਫੰਡ ਤੋਂ ਇਲਾਵਾ ਕੋਈ ਹੋਰ ਕੋਈ ਜਿਵੇਂ ਕੋਈ ਵਿਜਿੰਦਰ ਸਿੰਘ ਸਾਹਿਬ ਹਸਪਤਾਲ ਵਗੈਰਾ ਲੈ ਕੇ ਆਏ ਨੇ, ਉਹ ਜਿਹਾ ਕੁਝ ਲੈ ਕੇ? ਵਿਜਿੰਦਰ ਸਿੰਘ ਲਈ ਸਰਕਾਰ ਸੀ ਉੱਥੇ ਜੀ। ਅੱਛਾ ਜੀ, ਉਸ ਵੇਲੇ ਕਾਂਗਰਸ ਦੀ। ਸੋ ਪਾਸਪੋਰਟ ਦਫ਼ਤਰ ਦਾ ਜਿਹੜਾ ਇੱਕ ਪ੍ਰੋਜੈਕਟ ਹੈਗਾ, ਉਹਦੇ ਵਿੱਚ ਇਹ ਹੈ ਕਿ ਉਹ ਪੋਸਟ ਆਫਿਸ ਦੇ ਵਿੱਚ ਹੀ ਬਣ ਸਕਦਾ। ਸੰਗਰੂਰ ਪੋਸਟ ਆਫਿਸ ਦੇ ਵਿੱਚ ਉਨੀ ਜਗ੍ਹਾ ਨਹੀਂ, ਸੁਨਾਮ ਵੀ ਹੈ ਨਹੀਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਰਨਾਲਾ ਜਾਂ ਮਲੇਰਕੋਟਲੇ 'ਚੋਂ ਇੱਕ ਜਗ੍ਹਾ 'ਤੇ ਉਹ ਪੋਸਟ ਆਫ ਜਿਹੜਾ ਪਾਸਪੋਰਟ ਆਫਿਸ ਉੱਥੇ ਸਥਾਪਿਤ ਹੋ ਜਾਏ, ਤਾਂ ਕਿ ਲੋਕਾਂ ਨੂੰ ਖੱਜਲ। ਆਮ ਆਦਮੀ ਪਾਰਟੀ 33 ਸਿਰਫ 33 ਸੀਟਾਂ 'ਤੇ ਹੀ ਇਲੈਕਸ਼ਨ ਲੜ ਰਹੀ ਹੈ, ਜਦੋਂ ਪਿਛਲੀ ਵਾਰ ਜਦੋਂ ਵਿਧਾਨ ਸਭਾ ਚੋਣਾਂ ਸੀ ਸਾਰਿਆਂ 'ਤੇ ਹੀ ਲੜੇ ਸੀਗੀ। ਹੁਣ ਤਾਂ ਦਿੱਲੀ ਦੇ ਵਿੱਚ ਸਰਕਾਰ ਵੀ ਹੈ ਜੀ, ਬਹੁਮਤ ਨਾਲ ਸਰਕਾਰ ਹੈ ਜੀ, ਵਧੀਆ ਕੰਮ ਕਰ ਰਹੀ ਹੈ, ਫਿਰ ਇਹ ਇੰਨਾ ਹੌਸਲਾ ਕਿਉਂ ਨਹੀਂ ਜਿਤਾਇਆ ਕਿ ਪੂਰੇ ਦੇਸ਼ ਦੇ ਵਿੱਚ ਇਲੈਕਸ਼ਨ ਲੜੇ ਜਾਣ? ਜਦੋਂ ਅਸੀਂ ਸਾਰਿਆਂ 'ਤੇ ਲੜਦੇ ਹਾਂ, ਤੁਸੀਂ ਕਹਿੰਦੇ ਸਾਰਿਆਂ 'ਤੇ ਕਿਉਂ ਲੜੇ ਜੀ? ਮੈਂ ਤਾਂ ਵਧਾਈ ਦਿੱਤੀ ਤੁਹਾਨੂੰ ਜੀ। ਦੇਖੋ, ਪਹਿਲੀ ਵਾਰ ਪਾਰਟੀ ਬਣੀ ਸੀ ਤਾਂ ਬੀਜ ਖੰਡਾ ਕੇ ਦੇਖਿਆ ਸੀ, ਜਿੱਥੋਂ ਜਿੱਥੇ ਧਰਤੀ ਉਪਜਾਊ ਨਿਕਲੂ ਉੱਥੇ ਦੁਬਾਰੇ ਬੀਜਾਂਗੇ, ਜਿੱਥੋਂ ਹੈ ਹੀ ਬੰਜਰ ਉੱਥੇ ਕਿਉਂ ਮੱਥਾ ਮਾਰਨ ਦਾ ਫਾਇਦਾ ਕੋਈ, ਠੀਕ ਹੈ ਨਾ। ਸੋ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ, ਗੋਆ, ਇਹ ਸਾਡੀ ਆਮ ਆਦਮੀ ਪਾਰਟੀ ਲਈ ਬਹੁਤ ਵਧੀਆ ਸਕੋਪ ਹੈ, ਔਰ ਲੋਕ ਜਿਹੜੇ ਨੇ ਇਹ ਰਵਾਇਤੀ ਪਾਰਟੀਆਂ ਤੋਂ ਦੁਖੀ ਨੇ, ਇਸ ਕਰਕੇ ਅਸੀਂ ਇਹਨਾਂ 'ਤੇ ਸਾਰੀ ਸ਼ਕਤੀ ਜਿਹੜੀ ਲਾ ਕੇ ਅਸੀਂ ਫਾਸਟੈਸਟ ਗਰੋਇੰਗ ਪਾਰਟੀ ਹੈ ਇੰਡੀਆ ਦੀ, ਸਭ ਤੋਂ ਤੇਜ਼ੀ ਨਾਲ ਉੱਭਰਨ ਵਾਲੀ ਪਾਰਟੀ ਹੈ, 5 ਸਾਲ ਦੀ ਪਾਰਟੀ ਹੈ, ਜਿਹਦੀ ਇੱਕ ਸੂਬੇ ਦੇ ਵਿੱਚ ਸਰਕਾਰ ਹੈ, ਦੂਜੇ ਸੂਬੇ 'ਚ ਵਿਰੋਧੀ ਧਿਰ ਹੈ, ਅਤੇ ਨਾਲੇ 4 MP ਨੇ। ਸੋ ਇਸ ਕਰਕੇ ਇਦੋਂ ਪਹਿਲਾਂ ਜਿਹੜੀਆਂ ਪਾਰਟੀਆਂ ਬਣੀਆਂ ਨੇ ਉਹ 26 27 27 ਸਾਲਾਂ 'ਚ ਕਿਤੇ ਜਾ ਕੇ